ਕੋਠੀ ਦਾ ਰੇਟ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਉੱਪਰ ਆਪਾਂ ਲਿਖ ਕੇ ਪਹਿਲਾਂ ਹੀ ਲਾਤਾ ਸੀਗਾ। ਤਾਂ ਇਹਨਾਂ ਨੇ ਆਪਦੀ ਕੋਠੀ ਦੇ ਨਾਲ ਜਿੰਨਾ ਵਿੱਚ ਸਮਾਨ ਹੈ, ਪੇਟੀਆਂ, ਅਲਮਾਰੀ, ਫਰਿੱਜ, ਏਸੀ, ਹਰ ਚੀਜ਼ ਜਿਹੜੀ ਵੀ ਤੁਸੀਂ ਵੀਡੀਓ 'ਚ ਦੇਖੋਗੇ, ਸਾਰਾ ਕੁਛ ਇਹਨਾਂ ਨੇ ਨਾਲ ਹੀ ਵੇਚਣਾ ਹੈ। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ, ਤੁਹਾਡੇ ਕੋਲ ਵੀ ਕਿਸੇ ਵੀ ਏਰੀਆ 'ਚ ਕੋਠੀ ਆ, ਘਰ ਮਕਾਨ ਆ, ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫ੍ਰੀ ਦੇ ਵਿੱਚ ਐਡ ਤੁਸੀਂ ਚੈਨਲ 'ਤੇ ਲਗਵਾ ਸਕਦੇ ਹੋ। ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 7380 ਪੂਰਾ 2673। ਆਪਣੇ ਕੋਲ ਇੱਕ ਵੀਡੀਓ ਪੂਰੀ ਵਧੀਆ ਜਾਣਕਾਰੀ ਸਾਰੀ ਭੇਜੋ, ਆਪਣੇ ਕੋਲ ਐਡ ਤੁਹਾਡੀ ਲੱਗ ਜਾਊਗੀ ਅਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ, ਨਾ ਕੋਈ ਮੈਸੇਜ ਕਰਕੇ ਨਾ ਕੁਛ ਹੋਰ, ਆਪਣੇ ਕੋਲ ਬਸ ਭੇਜ ਦਿਆ ਕਰੋ। ਜੇ ਤੁਸੀਂ ਲੱਭ ਰਹੇ ਹੋ ਜੀ ਜਮ੍ਹਾਂ ਸਸਤੇ ਰੇਟ ਦੇ ਵਿੱਚ ਕੋਈ ਘਰ ਜਾਂ ਕੋਠੀ, ਤਾਂ ਤੁਹਾਡੀ ਜਿਹੜੀ ਭਾਲ ਹੈ ਅੱਜ ਖਤਮ ਹੋ ਜੂਗੀ, ਕਿਉਂਕਿ ਕੋਠੀ ਆਪਾਂ ਬਹੁਤ ਚੰਗੀ ਅਤੇ ਚੰਗੇ ਰੇਟ ਦੇ ਵਿੱਚ ਲੈ ਕੇ ਪਹੁੰਚੀ ਹਾਂ। ਜਮ੍ਹਾਂ ਸਸਤੀ ਹੈ ਜੀ ਅਤੇ ਸੁਨਹਿਰੀ ਮੌਕਾ ਹੀ ਹੈ ਇੱਕ ਤਰ੍ਹਾਂ ਦਾ, ਅਤੇ ਨਾਲ ਇੱਕ ਔਫਰ ਵੀ ਹੈ ਜੀ। ਔਫਰ ਇਹ ਹੈ ਵੀ ਕੋਠੀ ਦੇ ਵਿੱਚ ਜਿੰਨਾ ਸਮਾਨ ਹੈਗਾ ਸਾਰੇ ਦਾ ਸਾਰਾ ਨਾਲ ਹੀ ਇਹਨਾਂ ਨੇ ਵੇਚਣਾ ਹੈਗਾ। ਜਿੰਨਾ ਸਮਾਨ ਤੁਸੀਂ ਦੇਖੋਗੇ ਤੁਹਾਨੂੰ ਮੈਂ ਵੀਡੀਓ 'ਚ ਦਿਖਾਈ ਰਿਹਾ। ਬਾਕੀ ਆਹ ਦੇਖ ਲਓ ਸਟੋਰ ਰੂਮ ਹੈ, ਇਹਦੇ ਵਿੱਚ ਜਿੰਨਾ ਸਮਾਨ ਪਿਆ ਜਿਵੇਂ ਕੁਰਸੀ, ਪੇਟੀ ਪਈ ਹੈ ਅਤੇ ਦਾਣੇ ਵਾਲਾ ਢੋਲ ਪਿਆ ਗਾ, ਅਨਮੇਟਰ ਹੈ ਜੀ, ਉੱਪਰ ਪੱਖਾ ਲੱਗਿਆ ਹੋਇਆ, ਸਾਰਾ ਕੁਛ ਇਹਨਾਂ ਨੇ ਵਿੱਚੇ ਦੇਣਾ। ਇਕੱਲਾ ਇਹੀ ਸਮਾਨ ਨਹੀਂ ਹੈਗਾ, ਕੋਠੀ ਦੇ ਅੰਦਰ ਵੀ ਬਹੁਤ ਸਾਰਾ ਸਮਾਨ ਹੈ, ਸੋਫੇ ਪਏ ਹੈ, ਜਿੰਨਾ ਵੀ ਸਮਾਨ ਹੈਗਾ ਲਗਭਗ ਸਾਰਾ ਕੁਛ ਨਾਲ ਹੀ ਦੇਣਾ ਜੀ। ਇੱਕ ਏਸੀ ਵੀ ਲੱਗਿਆ ਹੋਇਆ, ਏਸੀ 1.5 ਟਨ ਦਾ ਲੱਗਿਆ ਹੋਇਆ, ਅਤੇ ਕੂਲਰ ਵੀ ਹੈ ਜੀ 6-7 ਪੱਖੀ ਹੈ, ਐਡਜਸਟ ਫੈਨ ਲੱਗਿਆ ਹੋਇਆ, ਅਤੇ ਹਰ ਚੀਜ਼ ਆਪਾਂ ਨੂੰ ਨਾਲ ਹੀ ਕੋਠੀ ਦੇ ਮਿਲੂਗੀ। ਤੁਹਾਡੇ ਵਾਸਤੇ ਸੁਨਹਿਰੀ ਮੌਕਾ ਹੀ ਹੈ, ਬਹੁਤ ਵਧੀਆ ਰੇਟ ਦੇ ਵਿੱਚ ਬਹੁਤ ਸੋਹਣੀ ਕੋਠੀ ਲੈ ਕੇ ਆਪਾਂ ਪਹੁੰਚੀ ਹਾਂ। ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ, ਮਾਲਕ ਆਪ ਰਹਿੰਦੇ ਹੈ ਅਤੇ ਮਾਲਕ ਕਹਿੰਦੇ ਹੈ ਅੱਧੇ ਪੈਸੇ ਦੇ ਕੇ ਕਿਸੇ ਨੇ ਟਾਈਮ ਲੈਣਾ ਤਾਂ ਉੱਦਾਂ ਵੀ ਕਰ ਲੈਣਗੇ ਜੀ। ਬਾਕੀ ਤੁਸੀਂ ਸਾਰਾ ਕੁਛ ਪਹਿਲਾਂ ਦੇਖ ਲਓ, ਸਾਰੀ ਆਪਾਂ ਇਕੱਲੀ ਇਕੱਲੀ ਗੱਲ ਕਰਦੇ ਹਾਂ। ਬਾਕੀ ਪਾਣੀ ਦੀ ਸਪਲਾਈ ਇੱਥੋਂ ਹੀ ਹੁੰਦੀ ਆ, ਪੂਰਾ ਵਧੀਆ ਆਪਾਂ ਨੂੰ ਪਾਣੀ ਮਿਲੂਗਾ, ਟੂਟੀ ਸਰਕਾਰੀ ਲੱਗੀ ਹੋਈ ਹੈ, ਸਮਰਸੀਬਲ ਮੋਟਰ ਨਹੀਂ ਹੈਗੀ, ਟੂਟੀ ਦਾ ਪਾਣੀ ਬਥੇਰਾ ਆਉਂਦਾ ਹੈਗਾ। ਬਾਕੀ ਬਾਥਰੂਮ ਤੁਹਾਨੂੰ ਮੈਂ ਦਿਖਾ ਦਿੰਦਾ, ਪੌੜੀਆਂ ਦੇ ਨੀਚੇ ਬਾਥਰੂਮ ਬਣਿਆ ਹੋਇਆ, ਸਾਰਾ ਕੰਮ ਟੋਟਲ ਦੇਖ ਲਓ ਤੁਸੀਂ, ਜਿੰਨਾ ਕੰਮ ਹੁੰਦਾ ਨੀਚੇ ਟਾਈਲਾਂ ਲੱਗੀਆਂ ਹੋਈਆਂ, ਵਾਲ ਟਾਈਲਾਂ, ਗੇਟ, ਜੋੜੀਆਂ, ਹਰ ਚੀਜ਼ ਜੀ। ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ, ਨੀਚੇ ਕਮੈਂਟ ਕਰੀ ਜਾਇਓ ਜੀ। ਅਤੇ ਵੀਡੀਓ ਵਧੀਆ ਲੱਗ ਰਹੀ ਹੈ, ਘਰ ਜਿਹੜੀ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਹਾਂ, ਵਧੀਆ ਲੱਗ ਰਹੀ ਹੈ ਕੋਠੀ, ਤਾਂ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਮਾਰ ਦਿਉ ਜੀ। ਪਹਿਲੀ ਵਾਰ ਆਇਓ ਨੀਚੇ ਸਬਸਕ੍ਰਾਈਬ ਦਾ ਬਟਨ ਹੈ, ਜ਼ਰੂਰ ਦੱਬ ਦਿਉ ਅਤੇ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਉ। ਬਾਕੀ ਸ਼ੀਸ਼ਿਆਂ ਦਾ ਸਾਰਾ ਕੰਮ ਹੋਇਆ, ਉੱਪਰੋਂ ਫਰੰਟ ਦੇਖ ਲਓ, ਉੱਪਰ ਵੀ ਆਪਾਂ ਚੱਲਾਂਗੇ, ਉੱਪਰੋਂ ਜਿਹੜੀ ਛੱਤ ਹੈ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ। ਜੇ ਆਪਾਂ ਬੈੜੇ ਦੀ ਗੱਲ ਕਰੀਏ, ਵਧੀਆ ਆਪਾਂ ਨੂੰ ਛੋਟਾ ਜਿਹਾ ਬੈੜਾ ਵੀ ਮਿਲ ਜੂਗਾ, ਬੈੜੇ ਦੇ ਵਿੱਚ ਲੋਕ ਟਾਈਲਾਂ ਇਹਨਾਂ ਨੇ ਸਾਰੇ ਕਿਤੇ ਲਗਵਾ ਰੱਖੀਆਂ ਜੀ। ਬਾਕੀ ਅੰਦਰ ਦੀ ਆਪਾਂ ਗੱਲ ਕਰੀਏ, ਲੋਬੀ ਦੀ, ਬੈਡਰੂਮਸ ਦੀ ਅਤੇ ਨੀਚੇ ਆਪਾਂ ਫਰਸ਼ ਦੀ ਗੱਲ ਕਰੀਏ, ਤਾਂ ਸਾਰੇ ਕਿਤੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ, ਜਿਵੇਂ ਕਿ ਕਿਚਨ ਦੇ ਵਿੱਚ ਨੀਚੇ ਟਾਈਲਾਂ ਲੱਗੀਆਂ ਹੋਈਆਂ, ਸਾਰੇ ਕਿਤੇ ਇਹੋ ਜਿਹੀਆਂ ਟਾਈਲਾਂ ਲੱਗੀਆਂ ਹੋਈਆਂ ਨੇ। ਅਤੇ ਜਿਹੜਾ ਤੁਸੀਂ ਕਿਚਨ ਦੇਖ ਰਹੇ ਹੋ ਇਹਦੇ ਵਿੱਚ ਜਿਹੜੀ ਸੈਲਫ ਬਣੀ ਹੋਈ ਆ, ਇਹ 'ਤੇ ਗ੍ਰੇਨਾਈਟ ਪੱਥਰ ਲੱਗਿਆ ਹੋਇਆ। ਬਾਕੀ ਸਮਾਨ ਤੁਸੀਂ ਦੇਖ ਲਓ, ਇੱਕ ਫਰਿੱਜ ਪਿਆ 7-8 ਮਹੀਨੇ ਪਹਿਲਾਂ ਹੀ ਇਹਨਾਂ ਨੇ ਬਿਲਕੁਲ ਨਵਾਂ ਲਿਆ ਸੀਗਾ, ਬਹੁਤ ਵੱਡਾ ਫਰਿੱਜ ਹੈ ਅਤੇ ਆਹ ਵੀ ਇਹਨਾਂ ਨੇ ਨਾਲ ਹੀ ਸੇਲ ਕਰਨਾ ਹੈਗਾ। ਅਤੇ ਕੋਠੀ ਦੇ ਅੰਦਰ ਵੀ ਬਹੁਤ ਸਾਰਾ ਸਮਾਨ ਆਪਾਂ ਨੂੰ ਮਿਲ ਜੂਗਾ, ਉਹ ਵੀ ਤੁਸੀਂ ਦੇਖਿਓ। ਅਤੇ ਜਿਹੜਾ ਏਸੀ ਲੱਗਿਆ ਹੋਇਆ ਉਹ ਵੀ ਨਾਲ ਸੇਲ ਕਰਨਾ, ਅਤੇ ਏਸੀ ਦੀ ਫੀਟਿੰਗ ਵਗੈਰਾ ਆਪਾਂ ਨੂੰ ਕੀਤੀ ਹੋਈ ਮਿਲ ਜੂਗੀ।
ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ? ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਿੰਨੀ ਕੁ ਦੇਖੀ ਮੈਨੂੰ ਜ਼ਰੂਰ ਦੱਸੋ। ਬਾਕੀ ਜਿਹੜੀਆਂ ਕੰਧਾਂ ਨੇ ਇਹ ਤਾਂ ਰੰਗ ਵਗੈਰਾ ਤੁਸੀਂ ਆਪੇ ਦੇਖ ਲਓ, ਪੂਰਾ ਡਿਜ਼ਾਇਨਿੰਗ ਰੰਗ ਹੋਇਆ ਅਤੇ ਸਾਹਮਣੇ ਇਹਨਾਂ ਨੇ ਵਾਲਪੇਪਰ ਲਗਵਾ ਰੱਖਿਆ। ਬਾਕੀ ਸੋਫੇ ਦੇਖ ਲਓ, ਟੇਬਲ ਦੇਖ ਲਓ, ਸਾਰਾ ਕੁਝ ਕੋਠੀ ਦੇ ਨਾਲ ਹੀ ਹੈ ਜੀ। ਅਤੇ ਜਿਹੜਾ ਰੰਗ ਇਹਨਾਂ ਨੇ ਨਵਾਂ ਕਰਵਾਇਆ ਸੀਗਾ, ਚਲੋ ਨੀਚੇ ਤੋਂ ਥੋੜ੍ਹਾ ਥੋੜ੍ਹਾ ਲਿਹਾ ਪਿਆ, ਉਹ ਵੱਖਰੀ ਗੱਲ ਹੈ ਜੀ, ਕਿਉਂਕਿ ਉਹ ਆਪਾਂ ਨੂੰ ਪਤਾ ਹੀ ਹੈ ਜੀ, ਨੀਚੇ ਨੀਚੇ ਤੋਂ ਤਾਂ ਲੈ ਹੀ ਜਾਂਦਾ ਹੈ। ਬਾਕੀ ਜ਼ਿਆਦਾ ਟਾਈਮ ਨਹੀਂ ਹੋਇਆ, ਕੋਈ ਸਾਲ ਤੋਂ ਥੋੜ੍ਹਾ ਬਹੁਤਾ ਉੱਪਰ ਹੋਇਆ, ਨਵਾਂ ਹੀ ਰੰਗ ਹੋਇਆ। ਬਾਕੀ ਬੈੱਡਰੂਮਸ ਜਿਹੜੇ ਬਣੇ ਹੋਏ ਨੇ, ਪੂਰੇ ਖੁੱਲ੍ਹੇ ਡੁੱਲੇ ਆਪਾਂ ਨੂੰ ਬੈੱਡਰੂਮਸ ਮਿਲ ਜਾਣਗੇ, ਵਧੀਆ ਤਰੀਕੇ ਨਾਲ, ਵਧੀਆ ਸਾਰਾ ਸਮਾਨ ਆਪਾਂ ਨੂੰ ਮਿਲ ਜੂਗਾ, ਨਾਲ ਹੀ ਵਧੀਆ ਤਰੀਕੇ ਨਾਲ ਸਾਰਾ ਸਮਾਨ ਰੱਖਿਆ ਹੋਇਆ ਜੀ। ਅਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਦੋ ਡਿਮਾਂਡ ਇਹਨਾਂ ਨੇ ਆਪਣੇ ਕੋਲ ਲਾ ਕੇ ਭੇਜੀ ਆ, ਦੋਵੇਂ ਡਿਮਾਂਡ ਤੁਹਾਨੂੰ ਮੈਂ ਦੱਸ ਦਿੰਦਾ ਅਤੇ ਕੀ ਗੱਲਬਾਤ ਹੈ ਉਹ ਵੀ ਦੱਸ ਦਿੰਦਾ। ਅਤੇ ਜਗ੍ਹਾ ਤੁਹਾਨੂੰ ਮੈਂ ਦੱਸਣੀ ਭੁੱਲ ਗਿਆ, ਜਗ੍ਹਾ ਜਿਹੜੀ ਆਪਾਂ ਨੂੰ ਮਿਲੂਗੀ ਪੰਜ ਮਰਲੇ ਜਗ੍ਹਾ ਮਿਲੂਗੀ ਜੀ। ਪੰਜ ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ, ਪੂਰੇ ਜਮ੍ਹਾਂ ਪੰਜ ਮਰਲੇ ਨੇ। ਅਤੇ ਡਿਮਾਂਡ ਦੀ ਗੱਲ ਕਰੀਏ ਤਾਂ ਦੋ ਡਿਮਾਂਡ ਇਹਨਾਂ ਨੇ ਇੱਦਾਂ ਕਿਹਾ ਵੀ ਜੇ ਸਾਰੇ ਸਮਾਨ ਦੇ ਨਾਲ ਕੋਠੀ ਲੈਣੀ ਹੈ ਫਿਰ ਤਾਂ ਰੇਟ ਹੈ 15 ਲੱਖ ਰੁਪਈਆ ਜੀ। ਥੋੜ੍ਹਾ ਬਹੁਤਾ ਹੋ ਜੂਗਾ ਉੱਪਰ ਨੀਚੇ ਬਹਿ ਕੇ। ਅਤੇ ਜੇ ਬਿਨਾਂ ਸਮਾਨ ਤੋਂ ਲੈਣੀ ਹੈ, ਇਕੱਲੀ ਕੋਠੀ ਲੈਣੀ ਹੈ, ਫਿਰ ਇਹਨਾਂ ਨੇ ਡਿਮਾਂਡ ਕੀਤੀ ਹੈ 13 ਲੱਖ ਰੁਪਈਆ ਜੀ। ਉਹ ਤੁਹਾਡੀ ਇੱਛਾ, ਤੁਸੀਂ ਕਿਵੇਂ ਕਰਨਾ, ਸਮਾਨ ਨਾਲ ਹੀ ਲੈਣਾ ਜਾਂ ਫਿਰ ਇਕੱਲੀ ਕੋਠੀ ਲੈਣੀ ਹੈ ਜੀ। ਬਾਕੀ ਸਮਾਨ 'ਚ ਤੁਸੀਂ ਦੇਖ ਰਹੇ ਹੋ, ਸਾਰਾ ਕੁਛ ਦੇਖ ਲਓ, ਜਿਵੇਂ ਕਿ ਉੱਪਰ ਪੱਖੇ ਦੇਖ ਲਓ, ਅਤੇ ਅਲਮਾਰੀ ਪਈ ਆ ਜੀ, ਅਤੇ ਇੱਕ ਕੂਲਰ ਪਿਆ ਗਾ। ਬਾਕੀ ਪੱਖੇ ਤਾਂ ਬਹੁਤ ਸਾਰੇ ਨੇ, ਬਾਕੀ ਤੁਸੀਂ ਇਕੱਲਾ ਇਕੱਲਾ ਸਮਾਨ ਤੁਸੀਂ ਦੇਖ ਲਓ। ਬਾਕੀ ਬੈੱਡ, ਏਸੀ, ਹਰ ਚੀਜ਼ ਨਾਲ ਹੀ ਹੈ ਜੀ। ਅਤੇ ਕਿਸੇ ਨੇ ਵੀ ਜਾ ਕੇ ਜੇ ਦੇਖਣੀ ਹੋਵੇ ਕੋਠੀ, ਤੁਸੀਂ ਜਾ ਕੇ ਵੀ ਦੇਖ ਸਕਦੇ ਹੋ। ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਮਾਲਕ ਦੀ, ਜਿਹੜੇ ਮਾਲਕ ਨੇ ਜਿੱਥੇ ਆਹ ਕੋਠੀ ਹੈ, ਇਹਨਾਂ ਨੂੰ ਡਿਸਟ੍ਰਿਕਟ ਤਾਂ ਲੱਗਦੀ ਹੈ ਸ਼ਹੀਦ ਭਗਤ ਸਿੰਘ ਨਗਰ ਜੀ, SBS ਨਗਰ ਜੀ। ਅਤੇ ਪਿੰਡ ਬਜ਼ਾਰੀ ਇਹਨਾਂ ਦਾ ਫਗਵਾੜੇ ਰੋਡ 'ਤੇ ਪੈ ਜਾਂਦਾ ਹੈ। ਫਗਵਾੜਾ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਇਹਨਾਂ ਤੋਂ, ਬਿਲਕੁਲ ਨਜ਼ਦੀਕ ਹੀ ਹੈ ਜੀ। ਅਤੇ ਬਾਕੀ ਤੁਸੀਂ ਸਾਰਾ ਕੁਛ ਤਾਂ ਦੇਖ ਹੀ ਲਿਆ ਜੀ। ਅਤੇ ਮਾਲਕ ਨੇ ਇੱਦਾਂ ਵੀ ਕਿਹਾ, ਮਾਲਕ ਕਹਿੰਦੇ ਜੇ ਕਿਸੇ ਨੇ ਬਿਆਨਾ ਕਰਨਾ ਤਾਂ ਮਾਲਕ ਕਹਿੰਦੇ ਬਿਆਨਾ ਵੀ ਕਰ ਲਵਾਂਗੇ, ਅੱਧੇ ਪੈਸੇ ਪਹਿਲਾਂ ਦੇ ਸਕਦੇ ਹੋ। ਅਤੇ ਅੱਧੇ ਪੈਸੇ ਮਤਲਬ ਕਿ 6 ਮਹੀਨੇ ਇਹਨਾਂ ਨੇ ਕਿਹਾ, 6 ਮਹੀਨੇ ਵੱਧ ਤੋਂ ਵੱਧ ਰੁਕ ਸਕਦੇ ਹਾਂ, ਅਤੇ ਬਾਕੀ ਦੇ ਜਿੰਨੇ ਪੈਸੇ ਰਹਿ ਜਾਣਗੇ ਉਹ 6 ਮਹੀਨੇ ਬਾਅਦ ਰਹਿ ਕੇ ਤੁਸੀਂ ਆਪ ਰਿਹਾਇਸ਼ ਕਰ ਸਕਦੇ ਹੋ, ਜਿਹਨੇ ਵੀ ਕੋਠੀ ਖਰੀਦਣੀ ਆ। ਮਾਲਕ ਨੇ ਇੱਦਾਂ ਕਿਹਾ ਜੀ, 6 ਮਹੀਨੇ ਰੁਕ ਸਕਦੇ ਹੋ ਮਾਲਕ, ਅੱਧੇ ਪੈਸੇ ਪਹਿਲਾਂ ਅਤੇ ਅੱਧੇ ਪੈਸੇ 6 ਮਹੀਨੇ ਬਾਅਦ ਦੇ ਸਕਦੇ ਹੋ। ਕਈ ਵਾਰੀ ਹੁੰਦਾ ਜੀ ਆਪਣੇ ਪੈਸੇ ਇੱਧਰ ਉੱਧਰੋਂ ਆਉਣੇ ਹੁੰਦੇ ਆ, ਜਾਂ ਪਹਿਲਾਂ ਅੱਧੇ ਪੈਸੇ ਹੁੰਦੇ ਜੀ, ਅਤੇ ਅੱਧੇ ਪੈਸੇ ਆਪਾਂ ਦੇ ਕੇ ਅਤੇ ਅੱਧੇ ਪੈਸੇ 6 ਕੁ ਮਹੀਨੇ ਰੁਕ ਕੇ ਦੇ ਕੇ ਅਤੇ ਆਪਾਂ ਕੋਠੀ ਨੂੰ ਖਰੀਦ ਸਕਦੇ ਹਾਂ ਜੀ। ਅਤੇ ਤੁਸੀਂ ਮਾਲਕ ਨਾਲ ਬਾਕੀ ਗੱਲਬਾਤ ਕਰੋਗੇ, ਤੁਹਾਨੂੰ ਸਾਰਾ ਕੁਛ ਮਾਲਕ ਦੱਸ ਦੇਣਗੇ। ਅਤੇ ਤੁਹਾਨੂੰ ਮੈਂ ਮਾਲਕ ਦਾ ਨੰਬਰ ਨੋਟ ਕਰਵਾ ਦਿੰਦਾ, 2 ਨੰਬਰ ਇਹਨਾਂ ਨੇ ਦਿੱਤੇ ਆ, 82-644-11-538। ਪਹਿਲਾ ਨੰਬਰ ਹੈਗਾ ਜੀ 82-644-11-538। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਇਸੇ ਨੰਬਰ 'ਤੇ ਵੀ ਗੱਲ ਕਰ ਸਕਦੇ ਹੋ ਜੀ। ਅਤੇ ਇੱਕ ਨੰਬਰ ਹੋਰ ਤੁਹਾਨੂੰ ਮੈਂ ਦੇ ਦਿੰਦਾ, 62-391-57-206। ਇੱਕ ਵਾਰ ਫਿਰ ਤੋਂ ਨੋਟ ਕਰਵਾ ਦਿੰਦਾ ਜੀ, 62-391-57-206। ਦੋਵੇਂ ਨੰਬਰਾਂ 'ਚੋਂ ਕਿਸੇ ਵੀ ਨੰਬਰ 'ਤੇ ਤੁਸੀਂ ਗੱਲ ਕਰ ਸਕਦੇ ਹੋ ਜੀ। ਬਾਕੀ ਵੀਡੀਓ ਪੂਰੀ ਤੁਸੀਂ ਦੇਖ ਲਈ, ਸਾਰਾ ਕੁਝ ਤੁਸੀਂ ਦੇਖ ਲਿਆ, LCD ਫਰਿੱਜ, ਫੈਨ, ਕੂਲਰ ਸਾਰਾ ਕੁਛ ਨਾਲ ਹੀ ਇਹਨਾਂ ਨੇ ਦੇਣਾ ਹੈਗਾ।
32 ਇੰਚ ਦੀ LCD ਵੀ ਲੱਗੀ ਹੋਈ ਹੈ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਸਪੋਰਟ ਕਰਿਆ ਕਰੋ ਜੀ। ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ, ਰੇਟ ਵਗੈਰਾ ਤੁਹਾਨੂੰ ਪਤਾ ਲੱਗ ਹੀ ਗਿਆ। ਬਾਕੀ ਜਿਹੜੀ ਇਹ ਕੋਠੀ ਹੈ ਜੀ, ਆਹ ਲਾਲ ਘੇਰ ਦੇ ਵਿੱਚ ਬਣੀ ਹੋਈ ਹੈ, ਅਤੇ ਜੋ ਵੀ ਮਤਲਬ ਕਿ ਕਾਗਜ਼ ਪੱਤਰ ਬਣਦੇ ਹੁੰਦੇ ਆ, ਐਫੀਡੈਵਿਟ ਵਗੈਰਾ ਬਣਦਾ ਹੁੰਦਾ, ਉਹ ਬਣ ਜੂਗਾ। ਅਤੇ ਮਾਲਕ ਕਹਿੰਦੇ ਆ ਪਰੂਫ ਸਾਰੇ ਅਸੀਂ ਦੇ ਦੇਵਾਂਗੇ, ਅਤੇ ਤੁਸੀਂ ਜਾ ਕੇ ਦੇਖਣੀ, ਤੁਸੀਂ ਜਾ ਕੇ ਵੀ ਦੇਖ ਲਿਓ। ਬਾਕੀ ਸਾਰਾ ਕੁਛ ਮਾਲਕ ਤੁਹਾਨੂੰ ਦੱਸ ਹੀ ਦੇਣਗੇ। ਫੋਨ 'ਤੇ ਗੱਲ ਪਹਿਲਾਂ ਕਰਨੀ ਹੈ, ਫੋਨ 'ਤੇ ਗੱਲ ਕਰਕੇ ਦੇਖ ਲਿਓ, ਜਾ ਕੇ ਦੇਖਣੀ ਕੋਠੀ, ਜਾ ਕੇ ਵੀ ਦੇਖ ਸਕਦੇ ਹੋ ਜੀ। ਬਾਕੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਵੀਡੀਓ ਕਿਵੇਂ ਦੀ ਲੱਗੀ। ਵਧੀਆ ਲੱਗੀ ਹੈ ਲਾਈਕ ਸ਼ੇਅਰ ਕਰ ਦਿਓ। ਕਿਸੇ ਨੇ ਐਡ ਜੇ ਕਰਵਾਉਣੀ ਹੈ ਜੀ, ਤੁਹਾਡੇ ਕੋਲ ਵੀ ਕੋਠੀ ਆ, ਘਰ ਮਕਾਨ ਕਿਸੇ ਵੀ ਏਰੀਏ 'ਚ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ, ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ, ਨੰਬਰ ਹੈ 7380026273। ਆਪਣੇ ਕੋਲ ਭੇਜੋ ਵੀਡੀਓ, ਜਾਣਕਾਰੀ, ਫੋਟੋਆਂ ਬਿਲਕੁਲ ਫਰੀ ਦੇ ਵਿੱਚ, ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੇ ਲਗਾ ਦਾਂਗੇ। ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਵੀ ਅਸੀਂ ਐਡ ਕਰਵਾਉਣੀ ਹੈ ਜੀ, ਅਸੀਂ ਭੇਜੀਏ ਜਾਂ ਨਾ ਭੇਜੀਏ, ਕੋਈ ਖਰਚਾ ਤਾਂ ਨਹੀਂ, ਕੁਛ ਨਹੀਂ ਪੁੱਛਣਾ। ਬਸ ਵਧੀਆ ਤਰੀਕੇ ਨਾਲ ਵੀਡੀਓ ਅਤੇ ਫੋਟੋਆਂ ਆਪਣੇ ਕੋਲ ਭੇਜ ਦਿਆ ਕਰੋ। ਅਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ, ਅਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਏ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ।